ਗੁਰਦਾਸਪੁਰ ਹਲਕੇ 'ਚ ਕੀਤੀ ਗਈ ਭੁੱਖ ਹੜਤਾਲ, ਕਾਂਗਰਸ ਵਰਕਰਾਂ ਵੱਲੋਂ ਕੀਤੀ ਗਈ BJP ਦੇ ਖਿਲਾਫ ਹੜਤਾਲ ਅਤੇ ਮੋਦੀ ਜੀ ਦੇ ਤੋੜ ਮਰੋੜ ਨੀਤੀ ਦੇ ਖਿਲਾਫ ਧਰਨਾ ਲਗਾਇਆ। ਗੁਰਦਾਸਪੁਰ ਤੋਂ ਸੰਜੀਵ ਬਲਵਿੰਦਰ ਅਤੇ ਹਰਪਾਲ ਦੀ ਰਿਪੋਰਟ। ਛੇੜਛਾੜ ਕਰਨਾ ਚਾਹੁੰਦੀ ਹੈ ਅਤੇ ਉਸ ਵਜੋਂ ਬੰਦ ਕੀਤਾ ਗਿਆ ਸੀ, ਜਿਹਦੇ ਵਿੱਚ ਬਹੁਤ ਗਿਣਤੀ ਜ਼ਿਆਦਾ ਚਲੀ ਗਈ ਹੈ। ਔਰ ਜਿਹੜਾ ਹਿੰਦੁਸਤਾਨ ਜਿੰਨਾ ਸਾਡੇ ਮਹਾਤਮਾ ਗਾਂਧੀ ਜੀ, ਜਵਾਹਰ ਲਾਲ ਨਹਿਰੂ ਜੀ, ਸ਼੍ਰੀਮਤੀ ਇੰਦਰਾ ਗਾਂਧੀ ਜੀ, ਰਾਜੀਵ ਗਾਂਧੀ ਜੀ ਦੇ ਬਲਿਦਾਨ ਨਾਲ ਇਹ ਸਿਰਜਿਆ ਜਿਹੜਾ ਹਿੰਦੁਸਤਾਨ ਅੱਜ ਇੱਕ ਪਰਿਵਾਰ ਵਾਂਗੂ ਚੱਲ ਰਿਹਾ, ਉਹਨੂੰ ਇਹਨਾਂ ਨੇ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਹਨੂੰ ਅਸੀਂ ਨਾਕਾਮ ਬਣਾ ਕੇ ਰਹਾਂਗੇ। ਕਿਉਂਕਿ ਸਾਡਾ ਜਿਹੜਾ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ, ਸਾਂਝੀ ਮਾਨਤਾ ਦਾ ਸੰਦੇਸ਼ ਦਿੰਦੀ ਸਾਡੀ ਗੁਰਬਾਣੀ। ਉਹਨਾਂ ਨੇ ਕਿਹਾ ਕਿ ਕੋਈ ਜਿਸ ਤਰ੍ਹਾਂ ਹਰ ਇੱਕ ਜਾਤ ਧਰਮ ਦੇ ਸਾਰਿਆਂ ਨੂੰ ਹੱਕ ਹੈ ਕਿ ਆਪਣੀ ਗੱਲ ਕਰ ਸਕਦੇ ਨੇ। ਸੋ ਜਿਹੜਾ ਹਿੰਦੁਸਤਾਨ ਦਾ ਨਿਰਮਾਤਾ ਸੀ ਡਾਕਟਰ ਅੰਬੇਦਕਰ ਜੀ ਨੇ ਜਦੋਂ ਸੰਵਿਧਾਨ ਲਿਖਿਆ, ਉਦੋਂ ਸਾਰੀਆਂ ਜਿੰਨੀਆਂ ਵੀ ਸਾਡੀਆਂ ਸਾਥੀਆਂ ਸਨ, ਜਨਰਲ PCSC, ਵੱਖ ਵੱਖ ਨੁਮਾਇੰਦਗੀ ਲੈ ਕੇ ਉਹਨਾਂ ਦੇ ਅਧਿਕਾਰ ਵਜੋਂ, ਜੋ ਕਿ ਜਿਹਦੇ ਤਹਿਤ ਅਸੀਂ ਅੱਜ ਆਪਣੇ ਕਾਨੂੰਨ ਮੁਤਾਬਕ ਚੱਲ ਰਹੇ ਹਾਂ, ਇਹ ਜਿਹੜੇ BJP ਵਾਲੇ, RSS ਵਾਲੇ ਇਹ ਚੀਜ਼ ਨੂੰ ਤੋੜਨਾ ਚਾਹੁੰਦੇ ਨੇ। ਹਿੰਦੁਸਤਾਨ ਦੇ ਅੱਜ ਨਾਗਰਿਕ ਸਾਰੇ ਇਹਨਾਂ ਦੇ ਡੱਟ ਕੇ ਅਸੀਂ ਵਿਰੋਧ ਵਿੱਚ ਖੜ੍ਹੇ ਹਾਂ, ਔਰ ਇਹੋ ਜਿਹਾ ਕੰਮ ਨਹੀਂ ਹੋਣ ਦੇਵਾਂਗੇ ਜਿਹੜਾ ਇਹ ਹਾਥੀ ਦੇ ਦੰਦਾਂ ਵਾਂਗੂ ਖਾਣ ਨੂੰ ਕੁਛ ਹੋਰ ਅਤੇ ਵਿਖਾਉਣ ਨੂੰ ਕੁਛ ਹੋਰ। ਮੋਦੀ ਜੀ ਸਟੇਜਾਂ 'ਤੇ ਅਤੇ ਅਮਿਤ ਸ਼ਾਹ ਜੀ ਸਟੇਜਾਂ 'ਤੇ ਬੋਲਦੇ ਕੁਝ ਹੋਰ ਨੇ ਅਤੇ ਕਰਦੇ ਕੁਝ ਹੋਰ ਨੇ, ਉਹਨਾਂ ਦਾ ਚਿਹਰਾ ਨੰਗਾ ਹੋ ਚੁੱਕਿਆ ਆ, ਕਿਉਂਕਿ ਇਲੈਕਸ਼ਨਾਂ ਦੌਰਾਨ ਉਹਨਾਂ ਨੇ ਬਹੁਤ ਦੇਸ਼ ਦੀ ਜਨਤਾ ਨੂੰ ਗੁੰਮਰਾਹ ਕੀਤਾ। ਅੱਜ ਉਹ ਸਾਰੇ ਜਿਹੜੇ ਵੱਡੇ ਵੱਡੇ ਘੁਟਾਲੇ ਆ ਉਹ ਸਾਹਮਣੇ ਆ ਰਹੇ ਨੇ, ਬਦਨਾਮ ਹੋ ਚੁੱਕੇ ਨੇ, ਇਹਨਾਂ ਦਾ ਜਿਹੜਾ ਗ੍ਰਾਫ ਹੈ ਉਹ ਬਿਲਕੁਲ ਡਿੱਗ ਚੁੱਕਾ, ਲੇਕਿਨ ਉਹਨਾਂ ਨੇ ਹੁਣ ਧਰਮ ਦੀ ਆੜ ਲੈ ਕੇ ਇਹ ਕੰਮ ਕਰਨਾ ਚਾਹੁੰਦੇ ਆ। ਸੋ ਅਸੀਂ ਸਾਰੇ ਹਿੰਦੁਸਤਾਨ ਵਾਸੀਆਂ ਨੂੰ ਅਪੀਲ ਕਰਦੇ ਹਾਂ, ਪੰਜਾਬ ਵਾਸੀਆਂ ਨੂੰ, ਖਾਸ ਤੌਰ 'ਤੇ ਆਪਣੇ ਅੱਗਿਆਂ ਸਾਰਾ ਜ਼ਿਲ੍ਹਾ ਗੁਰਦਾਸਪੁਰ ਦੇ ਵਾਸੀਆਂ ਨੂੰ, ਇਹਨਾਂ ਦੀਆਂ ਭੈੜੀਆਂ ਚਾਲਾਂ ਚਲਾਉਣ ਔਰ ਕਾਨੂੰਨ ਨੂੰ ਆਪਾਂ ਜੋ ਕਿ ਸਾਡਾ ਸਰਕਾਰ ਆ ਬਰਕਰਾਰ ਰੱਖਣ ਵਾਸਤੇ ਸਾਨੂੰ ਕੋਈ ਵੀ ਕੁਰਬਾਨੀ ਦੇਣੀ ਪਊਗੀ, ਅਸੀਂ ਆਪਣੀ ਪਾਰਟੀ ਦੇ ਜੋ ਹੁਕਮ ਹੋਏਗਾ ਉਹਨੂੰ ਸਿਰ ਮੱਥੇ ਮੰਨ ਕੇ ਕੁਰਬਾਨੀ ਦੇਣ ਨੂੰ ਤਿਆਰ। ਕਾਂਗਰਸ ਪਾਰਟੀ ਹਮੇਸ਼ਾ ਹੀ ਸੈਕੂਲਰ ਪਾਰਟੀ ਰਹੀ ਹੈ, ਹਰ
ਨਾ ਕਰਦੀ ਹੈ ਔਰ ਇਹ ਕਾਂਗਰਸ ਪਾਰਟੀ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ ਕਿ ਇਸ ਦੇਸ਼ ਦੇ ਫਿਰ ਬਹੁਤ ਸਾਰੇ ਸ਼ਰਾਰਤੀ ਅਨਸਰ ਇਸ ਬਹੁਤ ਗਹਿਰੀ ਇੱਕ ਸਾਜ਼ਿਸ਼ ਹੈ ਕਿ ਜਿਹੜੀ ਦੇਸ਼ ਨੂੰ ਫਿਰ ਤੋਂ ਬਟਵਾਰੇ ਦੀ ਓਰ ਲੈ ਕੇ ਜਾ ਰਹੀ ਹੈ ਲੇਕਿਨ ਕਾਂਗਰਸ ਪਾਰਟੀ ਐਸਾ ਨਹੀਂ ਹੋਣ ਦੇਗੀ ਅਸੀਂ ਡਟ ਕੇ ਖੜ੍ਹੇ ਹਾਂ ਹਰ ਧਰਮ ਦਾ ਬਰਾਬਰ ਮਾਨ ਸਤਿਕਾਰ ਹੈ ਔਰ ਅਸੀਂ ਰਲ ਮਿਲ ਕੇ ਜਿਵੇਂ ਪਹਿਲੇ ਭਾਈਚਾਰੇ ਦੇ ਤੌਰ 'ਤੇ ਅਸੀਂ ਰਹਿੰਦੇ ਸੀ ਉਸੇ ਤਰ੍ਹਾਂ ਹਰ ਤਰ੍ਹਾਂ ਇੱਕ ਇੱਕ ਭਾਰਤ ਇੱਕ ਗੁਲਦਸਤਾ ਹੈ ਜਿਹਦੇ ਵਿੱਚ ਹਰ ਰੰਗ ਦਾ ਫੁੱਲ ਜਿਹੜਾ ਉਹ ਸਜਿਆ ਹਰ ਧਰਮ ਨੂੰ ਨਾਲ ਲੈ ਕੇ ਚੱਲ ਰਿਹਾ ਸੋ ਅੱਜ ਅਸੀਂ ਇਸ ਵਿਰੋਧ ਦੇ ਵਿੱਚ ਕਿ ਅਸੀਂ ਇੱਕ ਹਾਂ ਸਾਰੇ ਧਰਮ ਇੱਕ ਨੇ ਸਾਰੀਆਂ ਜਾਤਾਂ ਅਸੀਂ ਇਕੱਠੇ ਹਾਂ ਔਰ ਅਸੀਂ ਕੋਈ ਦੰਗਾ ਨਹੀਂ ਚਾਹੁੰਦੇ ਅਸੀਂ ਅਹਿੰਸਾ ਦੇ ਮਹਾਤਮਾ ਗਾਂਧੀ ਦੇ ਰਸਤੇ ਹੋਏ ਅਹਿੰਸਾ ਦੇ ਮਾਰਗ 'ਤੇ ਚੱਲ ਕੇ ਸੱਚਾਈ ਦੇ ਮਾਰਗ ਦੇ ਰਸਤੇ 'ਤੇ ਚੱਲ ਕੇ ਅਸੀਂ ਕੰਮ ਕਰਾਂਗੇ ਔਰ ਇੱਕ ਹਿੰਦੁਸਤਾਨ ਦਾ ਇੱਕ ਸਿਕਿਊਲਰ ਫੇਸ ਹੋਣਾ ਚਾਹੀਦਾ ਇੱਕ ਚਿਹਰਾ ਇਸ ਤਰ੍ਹਾਂ ਦਾ ਹੋਵੇ ਕਿ ਜਿਹੜਾ ਹਰ ਧਰਮ ਬਰਦਾਸ਼ਤ ਕਰੇ ਔਰ ਆਪਸ 'ਚ ਪਿਆਰ ਦੇ ਨਾਲ ਭਾਈਚਾਰੇ ਦੇ ਨਾਲ ਇਕੱਠੇ ਹੋ ਕੇ ਇੱਕਮੁੱਠ ਹੋ ਕੇ ਰਹਿਣ ਸੋ ਇਸ ਦੰਗਾ ਜਿਹੜਾ ਫੈਲਾਉਣ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਾਜ਼ਿਸ਼ਾਂ ਅਸੀਂ ਕਰਦੇ ਹਾਂ ਔਰ ਉਸਦੇ ਵਿਰੋਧ ਵਿੱਚ ਅੱਜ